ज्यादा छे मुंडा लाओ ज्यादा दस मुंडा लाओ हाथ ठीक है बाकी माल मूल जिदे खादा हो टका के ओदे दा मेरे छियाले दी रेख च मेख मार दिंदे आ के बजा ओदे ओदे जंट जे रगड़ते अज मेनू रगड़े चाचा ए ओ चुप कर जेड़ी मेरी तपस्या है हां जी ਉਹ ਤਾਂ ਮੈਂ ਜਨਾਨੀ ਬਾਜ ਬੰਦਾ ਸੀ ਤੁਹਾਨੂੰ ਤਾਂ ਕਿਆ ਨਾ ਗੱਲ ਕਰਦੇ ਮੇਰੇ ਸਾਲੇ ਆਪਾਂ ਲੁੱਚੇ ਲੰਡੇ ਚੌਧਰੀ ਦਾ ਗੁੰਡੀ ਰਣ ਪ੍ਰਧਾਨ ਠੀਕ ਹੈ ਨਾ ਚਾਚਾ ਤੂੰ ਤੇਰੀ ਗੱਲ ਸੁਣ 307 ਲੱਗ ਗਈ ਚੜਾ ਕੇ 302 ਲਵਾ ਦਿਆ ਬਾਬੇ ਨੂੰ ਮੰਨੇ ਬਾਬਾ ਮੇਰੇ ਸਾਲੇ ਚੋਰ ਉਹ ਬਾਬਾ ਜੀ ਆਪਾਂ ਕਿਹੜਾ ਸਾਧ ਹੈ ਕਰ ਦਿਓ ਕਿਰਪਾ ਅਰੇ ਆ ਰਹਾ ਹਿਲੇ ਪਟਨਾ ਹਿਲੇ ਹਿਲੇ ਤੋਰਾ ਤੇ ਕੋਆ ਅਰੇ ਹਿਲੇ सट्टा दिने जे आप अठ मुंडा देता ਹੁਣ ਅਗਲਾ 8 ਮੁੰਡਾ ਲਾ ਲੈਂਦਾ ਜਾ ਕੇ ਇਹ ਚ ਆਪਣਾ ਨਹੀਂ ਕਸੂਰ ਜਿਹੜਾ ਆਪਾਂ ਸੱਟਾ ਦਿੱਤਾ ਜਿਆਦਾ 2 ਨੰਬਰ ਵਧਾ ਕੇ ਲਾਓ ਜਾਂ 8 ਨੰਬਰ 8 ਮੁੰਡਾ ਦਿੱਤਾ ਜਿਆਦਾ 6 ਮੁੰਡਾ ਲਾਓ ਜਾਂ 10 ਮੁੰਡਾ ਲਾਓ ਹੱਤ ਬਚਨ ਓਹੋ ਓ ਸੇਖੋ ਸਾਹਿਬ ਪਤਾ ਨਹੀਂ ਕੀ ਚੱਕਰ ਹੋਇਆ ਸੰਗਤ ਘਟ ਰਹੀ ਉਹ ਮਹਾਰਾਜ ਸੰਗਤ ਤਾਂ ਘਟਣੀ ਸੀ ਹਾਂ ਸੱਟਾ ਤਾਂ ਤੁਹਾਡਾ ਕੋਈ ਆਉਂਦਾ ਨਹੀਂ ਨੇੜਦੀ ਵੀ ਲੱਗਦਾ ਮਹਾਰਾਜ ਜਾਂ ਗੱਲ ਸੁਣ ਦੇਵੇ ਸੱਟਾ ਕੀ ਕਰੂ जे हुण मैं फर्ज कर 6 मुंडा देता 6 मुंडा देता अगला जाके 6 मुंडा ला आंदा देख जा ता 2 अक्षर घटा के लाओ ठीक है ना 4 मुंडा ला दियो जा 8 मुंडा लाओ जे हुण आपा 6 मुंडा बोलता अगला 6 मुंडा ला आंदा अपना कोई कसूर नहीं आपा एक सट्टा देना हुंदा अगले ने आईडिया लाउणा हुंदा एच गुणा बधाओ घटाओ जमा करना पैंदा हुंदा ठीक है ना ठीक है बाकी माल मूल जिदे खादा होवे टका के ओदे दा मेरे छियाले दी रेख च मेख मार दिंदे आ जिते मेरा साला समार माड़ा होवे ओ एक ट्रक ड्राइवर जा डोडे वधिया दे के जांदा ओ नहीं आया मेरा साला तू एक गल होर है भुखे मरदे सी वधिया काम चल पिया 5-10 हज़ार तां दिहाड़ी बनाई लैने अरे बाकी देख दे ना मैं थोड़ा हक नहीं रखदा सत वचन ठीक है ना मेरिया यार फंगदा तुसी हां थोड़े सिर ते उड़दा मैं जदों फिर तुसी लाउने आ सुर फिर बनदी है गल अच्छा गल सुन संगत तां हले आई नहीं गी कोई चमकीले दा सुना कोई तरदा तरदा जा लुच्चा जा गाना सुना सत वचन हां सुना हुण देख रहा आ जाओ आ गए अच्छा जे आपा इहदी व्याख्या करनी होवे आपा तां इहदी भी व्याख्या कर सकदे आ कर सकदे हुण जे आपा संगत नूं कहणा फर्ज कर तां इत्थों किते भुल भुलेखे गाणा लग गया आपा संगत नूं कह सकदे आ ये वे कोई चोंदा जा सुना आप दा लिखे हुआ जड़ा वो सुना कोई सत वचन जेड़ा दित्ता सिर माल निशान जहां जुआ ना पिच सोनिया जेड़ा दित्ता सिर माल निशान जहां जुआ ना पिच सोनिया सोनिया दे वट वट खांदा ए शीशे वाला बिट सोनिया खत पढ़िया सोने जिन्हें सप लड़िया
ਖਾਂਦਾ ਏ ਬਸੀਸੇ ਵਾਲਾ ਬੇਟੀ ਸੋਹਣਿਆ ਬਸੀਸੇ ਵਾਲਾ ਆ ਬਸੀਸੇ ਵਾਲਾ ਬੇਟੀ ਸੋਹਣਿਆ ਬਸੀਸੇ ਵਾਲਾ ਬੇਟੀ ਸੋਹਣਿਆ ਆਹ ਅੱਛਾ ਦੇ ਵੇ ਬਾਲਾ ਵਧੀਆ ਕਰਾ ਇਹ ਮੇਰੀ ਗੱਲ ਸੁਣ ਮੈਂ ਟਰੈਕ ਤੇਰਾ ਕਰਾਉਂਗਾ ਆਪਾਂ ਕਰਾਂਗੇ ਟਰੈਕ ਕਰਾ ਕੇ ਤੇ ਆਪਾਂ ਕਹਿ ਕਹਾ ਕੇ ਨਾਟ ਗੇਰਾ ਚੈਨਲ ਤੇ ਪਾ ਦਿਆਂਗੇ ਮੂਸੇ ਵਾਲੇ ਜੱਟ ਦੇ ਕਰਨਾ ਮਹਾਰਾਜ ਜੀ ਮੇਰੀ ਗੱਲ ਜੋ ਕਰਨਾ ਦੇਖ ਬਾਬਾ ਢਿੱਡਲਨਾਥ ਕੋਈ ਫੁੱਦੂ ਬਾਬਾ ਨਹੀਂ ਢਿੱਡਲਨਾਥ ਢਿੱਡਾ ਨਾ ਜਿਹੜਾ ਇਹ ਮੇਰਾ ਸਾਲਾ ਐਵੇਂ ਨਹੀਂ ਡੇਢ ਫੁੱਟ ਗਾਹਾਂ ਨੂੰ ਜਾਂਦਾ ਬਾਬਾ ਢਿੱਡਲਨਾਥ ਅਨਾਜ ਖਾ ਖਾ ਕੇ ਬਣਿਆ ਬਾਬਾ ਭਗਤੀਆਂ ਕਰ ਕਰਕੇ ਬਣਿਆ ਬੋੜ ਤੇ ਪੁੱਠਾ ਲਿਆਮਕ ਲਿਆਮਕ ਕੇ ਬਣਿਆ ਜਿਹੜੀ ਮੇਰੀ ਤਪੱਸਿਆ ਊਂ ਤਾਂ ਮੈਂ ਜਨਾਨੀ ਬਾਜ ਬੰਦਾ ਸੀ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਨੂੰ ਪਤਾ ਹੀ ਊਂ ਜਦੋਂ ਮੈਂ ਫਿਰ ਇਸ ਪਾਸੇ ਹੋ ਗਿਆ ਫਿਰ ਮੇਰਾ ਸਾਲਾ ਕੰਮ ਨਾ ਚੱਲੇ ਮੈਂ ਕਿਹਾ ਇਹ ਪਾਸੇ ਆ ਜਾਓ ਇਸ ਪਾਸੇ ਆ ਕੇ ਆਪਣਾ ਚੱਲੀ ਜਾਂਦਾ ਦਾਣਾ ਪਾਣੀ ਹੁਣ ਸਾਰਾ ਕੁਛ ਹੀ ਮਿਲ ਗਿਆ ਬਾਬਾ ਜੀ ਗਾਹ ਨਾ ਗੱਲ ਕਰਦੇ ਮੇਰੇ ਸਾਲੇ ਆਪਾਂ ਲੁੱਚੇ ਲੰਡੇ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਠੀਕ ਹੈ ਨਾ ਆਹ ਕਿਹੜਾ ਤੁਰਿਆ ਆਉਂਦਾ ਮੇਰੇ ਸ਼ਾਬਦਾਨ ਹੋ ਜਾਏ ਸੰਗਤ ਆਉਣ ਲੱਗ ਗਈ ਸੰਗਤ ਆ ਰਹੀ ਹੈ ਦੇਵੇ ਸੰਗਤ ਲੇਟ ਹੋ ਜਾਓ ਬਾਪੂ ਢਿੱਡਾ ਜੀ ਦਾ ਪਟਿਆਲੇ ਜ਼ਿਲ੍ਹੇ ਚ ਕਿਹੜਾ ਨਗਰ ਹੈ ਸਨੌਰ ਜੀ ਸਨੌਰ ਅੱਛਾ ਕਿਹੜਾ ਕੇਸ ਹੈ ਬਾਬਾ ਕੇਸ ਪੈ ਗਿਆ ਮੇਰੇ ਤੇ ਕੋਈ ਨਹੀਂ ਬੱਚ ਚੱਲੀ ਕਰਾ ਦੇਵੇ ਕੱਢਾਂਗੇ ਸਹੀ ਜਗ੍ਹਾ ਅੱਛਾ ਤੇਰੇ ਤੇ ਕੇਸ ਪੈ ਗਿਆ ਹਾਂਜੀ ਬਾਬਾ ਜੀ ਤੂੰ ਛਹੀ ਜਗ੍ਹਾ ਤੇ ਆ ਗਿਆ ਬਾਬਾ ਮੈਨੂੰ ਕਿਹਾ ਕਰੇ ਢਿੱਡਲ ਦਾਸ ਬਾਬਾ ਹੀ ਕਰੂ ਤੇਰਾ ਬਾਬਾ ਢਿੱਡਲ ਦਾਸ ਆ ਜਿਹੜਾ ਹਾਂਜੀ ਇਹ ਤਾਂ ਰੱਬ ਦਾ ਜਮਾ ਇਹਨ ਕਹਿ ਦਿਆ ਯਾਰ ਢਿੱਡਲ ਦਾਸ ਜੀ ਦਾ ਹੋਰ ਛਾਤੇ ਦਰਬਾਰ ਕੀ ਜੈ ਦੂਰੋ ਜੀ ਬਚਾ ਲੋ ਜੀ ਮੇਰੀ ਗੱਲ ਸੁਣ 307 ਲੱਗ ਗਈ ਤੜਾ ਕੇ 302 ਲਵਾ ਦਿਆ ਬਾਬੇ ਨੂੰ ਬੰਦਾ ਬਾਬਾ ਇੱਥੇ ਕਤਲ ਕੇਸ ਦਾ ਮਸਲਾ ਤਾਂ ਛੱਡੀ ਬੈਠਾ ਮੈਂ ਬਾਬੇ ਨੂੰ ਵੀ ਕਤਲ ਕੇਸ ਵਾਲਾ ਆ ਲੰਡੂ ਤੇਰਾ ਪਰਚਾ ਉਹ ਟ੍ਰਾਂਸਫਾਰਮ ਚੋਰੀ ਕਰਦਾ ਫੜਿਆ ਗਿਆ ਟ੍ਰਾਂਸਫਾਰਮ ਚੋਰੀ ਕਰਨ ਲੱਤ ਡਿੱਗ ਗਿਆ ਲੱਤ ਟੁੱਟ ਗਈ ਲੱਤ ਜੋੜ ਦੀ ਗਏ ਜੋੜ ਦੇ ਬਾਬਾ ਬਖਸ਼ ਦੇ ਮੇਰੇ ਬਾਬਾ ਕਿਉਂ ਦੇ ਵੇ ਚੱਲੀ ਕਰਾ ਓ ਮਹਾਰਾਜ ਜੀ ਚਲੋ ਬੈਠ ਕਰਾਂ ਅੰਤ ਪਿਆਰ ਹੁਣ ਦੇ ਸੁਣ ਦੇਵੇ ਆਪਾਂ ਤਾਂ ਜ਼ੋਰ ਲਾਈ ਗਏ ਮੇਰੇ ਸਾਲੇ ਦੇ ਇਹ ਤਾਂ ਮੇਰਾ ਸਾਲਾ ਚੋਰ ਹੈ
ਬਾਬਾ ਜੀ ਆਪਾਂ ਕਿਹੜਾ ਸਾਧ ਹੈ, ਕਰ ਦਿਓ ਕਿਰਪਾ। ਅੱਛਾ ਗੱਲ ਸੁਣ ਬਈ, ਤੇਰਾ ਜਿਹੜਾ ਕੇਸ ਹੈ ਇਹ ਹੋਵੇ ਨਾ ਤਾਂ ਹੋਵੇ ਦੇ ਨਿਬੇੜ, ਪੰਜ ਦਾ ਤੈਨੂੰ ਚੌਂਕੀਆਂ ਭਰਨੀਆਂ ਪੈਣਗੀਆਂ ਵੀਰਵਾਰ ਨੂੰ, ਹਰ ਹਾਲ ਤੇ ਆਉਣਾ ਹੀ ਪੈਣਾ ਤੈਨੂੰ, ਠੀਕ ਹੈ। 5,500 ਰੁਪਈਆ ਠੀਕ ਹੈ, ਤਾਂ 2 ਛੂਟ ਬਾਬੇ ਦੇ ਚੜਾ ਜਾ, ਜਾ ਫਿਰ 1 ਤਰੀਕ ਤੋਂ ਹੀ ਬਰੀ ਹੋ ਜਾਏਗਾ। ਮੈਨੂੰ ਦੱਛ ਪੈ ਗਈ ਵੀ ਬਾਬੇ ਢਿੱਡ ਨਾਥ ਤੇ ਜਾਣਾ, ਵੀਜ਼ਾ ਤੇਰਾ ਉਹੀ ਕਢਾ ਸਕਦਾ। ਫਿਰ ਜਦੋਂ ਇਹ ਮੁੰਡੇ ਨੇ ਮੈਨੂੰ ਕਿਹਾ ਵੀ ਮੈਂ ਕਨੇਡਾ ਜਾਣਾ ਚਾਹੁੰਦਾ, ਢਿੱਡ ਨਾਥ ਲੌਂਕਿਆ ਬੋਰਡ ਤੇ ਪੁੱਠਾ, ਜਦੋਂ ਢਿੱਡ ਨਾਥ ਬੋਰਡ ਤੇ ਪੁੱਠਾ ਲੌਂਕਿਆ, 7 ਦਿਨ ਮੈਂ ਘੋਰ ਘੋਰ ਤਪੱਸਿਆ ਕਰੀ ਕੁੜੀਏ, ਆ ਦੇਖ ਕੈਨੇਡਾ ਦਾ ਆ ਗਿਆ ਦਰਬਾਰ ਕੀ ਜੈ। ਬਾਬਾ ਢਿੱਡ ਨਾਥ ਕੋਈ ਫੁੱਦੂ ਬਾਬਾ ਨਹੀਂ, ਜਦੋਂ ਬਾਬੇ ਚ ਆਉਂਦਾ ਨਾ ਰੱਬ, ਢਿੱਡ ਵੀ ਮੇਰਾ ਸਾਲਾ 7 ਫੁੱਟ ਗਾਂ ਨੂੰ ਵਾਧਾ, ਬੋਲੋ ਬਾਬੇ ਢਿੱਡ ਨਾਥ ਦੀ ਜੈ। ਬਾਬਾ ਬਾਬਾ ਚੱਲੀ ਕਿਰਾ ਚੱਲੀ ਕਿਰਾ ਚੱਲੀ ਕਰਾ ਦੇਵੇ ਬਾਬਾ ਚੱਲੀ ਕਰਾ, ਕੈਨੇਡਾ ਦੀ ਫਾਈਲ ਖੜੀ ਲੱਗ ਗਈ। ਹਰੀ 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 ਹ
ਪਹਿਲਾਂ ਦੁਆਰੀ ਫੇਲ ਲਾਈ ਸੀ ਹਾਂ ਬਾਬਾ ਜੀ ਦੋਨੇ ਵਾਲੀ ਰਿਫਿਊਜ਼ ਲਾ ਗਈ ਹਾਂ ਬਾਬਾ ਕਿਹੜੇ ਜੰਟ ਤੋਂ ਲਾਈ ਸੀ ਮੋਗੇ ਤੋਂ ਹਾਂ ਬਾਬਾ ਮੰਨਦੀ ਆ ਹਾਂ ਬਾਬਾ ਵੀਜ਼ਾ ਕਢਾ ਦਿਆਂ ਕਢਾ ਦੇ ਬਾਬਾ ਜੀ ਕੈਨੇਡਾ ਬ੍ਰੈਂਟਨ ਚ ਕਿਉਂ ਜੀ ਸੈਂਡਲਵੁੱਡ ਤੇ ਪਹੁੰਚਾ ਦਿਆਂ ਹਾਂ ਬਾਬਾ ਜੀ ਪਹੁੰਚਾ ਦੇ ਬਾਬਾ ਵੀਜ਼ਾ ਕਢਾ ਦਿਆਂ ਕਢਾ ਦੇ ਬਾਬਾ ਚੱਲੀ ਕਰਾ ਦੇਵੇ ਬਾਬੇ ਲਾਈ ਬੈਸੀ ਤੇ ਪੂਜਾ ਚਾਚੀ ਵੀ ਆ ਹਾਂ ਬਾਬਾ ਉਹ ਨਹੀਂ ਤੇਰੇ ਫਾਇਲ ਚੜਚਣ ਲਈ ਵੀ ਆ ਅੱਛਾ ਬਾਬਾ ਹਾਂ ਮੈਂ ਅੱਜ ਹੀ ਪੜ ਦਿਆਂ ਬੋਤੀਆਂ ਨਹੀਂ ਪਟਣੀਆਂ ਹਾਂ ਤੇਰੇ ਮਗਰ ਭੂਤ ਪ੍ਰੇਤ ਲਾਇਆ ਬਾ ਅੱਛਾ ਬਾਬਾ ਤੁਹਾਡੇ ਬਾਰ ਚ ਨਿੰਬ ਵੀ ਆ ਹਾਂ ਬਾਬਾ ਹੈਗੀ ਆ ਹੈਗੀ ਆ ਜਮਾ ਗੇਟ ਨੂੰ ਸਾਹਮਣੇ ਆ ਹਾਂ ਬਾਬਾ ਮਾਸ ਦਾ ਟੁਕੜਾ ਵੀ ਘਰੋਂ ਉੱਥੇ ਆਇਆ ਹਾਂ ਬਾਬਾ ਪੱਕੀ ਗੱਲ ਹੈ ਨਾ ਬਾਬਾ ਚੱਲੀ ਕਰਾ ਬਾਬਾ ਦੇਵੇ ਕਰਾ ਮਾਸ ਦਾ ਟੁਕੜਾ ਦੇਖਿਆ ਕਿ ਨਾ ਸਿੱਟਿਆ ਗੱਲ ਸੁਣ ਹਾਂ ਬਾਬਾ ਜ਼ੋਰ ਬਹੁਤ ਲੱਗ ਰਿਹਾ ਹਾਂ ਬਾਬਾ ਹੁਣ ਤੂੰ ਮੈਨੂੰ ਐਂ ਦੱਸ ਹਾਂ ਬਾਬਾ ਕੈਨੇਡਾ ਜਾਣਾ ਕਿ ਤੇਰੀ ਚਾਚੀ ਦਾ ਵੀ ਪਲਟਾ ਪੱਥਦੇ ਆ ਠੀਕ ਹੈ ਹਾਂ ਬਾਬਾ ਗੱਲ ਸੁਣ ਹਾਂ ਢਿੱਡਲ ਦਾਸ ਕੋਈ ਫੁੱਦੂ ਬਾਬਾ ਨਹੀਂ ਵੀ ਥੋੜਾ ਕੰਮ ਕਰੂਗਾ ਨਹੀਂ ਹੋਊਗਾ ਨਹੀਂ ਤਾਂ ਪੈਸੇ ਲੈ ਲੂਗਾ ਜਾਣੀ ਜਾਣਾ ਬਾਬਾ 11,000 ਰੁਪਈਆ ਹਾਂ ਬਾਬਾ ਦੋ ਬੋਤਲਾਂ ਦੇਸੀ ਦਾਰੂ ਦੀਆਂ ਹਾਂ ਬਾਬਾ ਇੱਕ ਅੰਗਰੇਜ਼ੀ ਦੀ ਹਾਂ ਬਾਬਾ ਆਰਸੀ ਦੀ ਬੋਤਲ ਲੈ ਕੇ ਇੱਕ ਮੁਰਗਾ ਹਾਂ ਬਾਬਾ ਇੱਕ ਜਿਉਂਦਾ ਇੱਕ ਮਰਿਆ ਬਾ ਹਾਂ ਬਾਬਾ ਬਾਬੇ ਦੇ ਡੇਰੇ ਤੇ ਚੜਾ ਦੀ ਠੀਕ ਹੈ ਬਾਬਾ ਸੱਤਵੇਂ ਦਿਨ ਤੇਰਾ ਵੀਜ਼ਾ ਆ ਜੂਗਾ ਠੀਕ ਹੈ ਬਾਬਾ ਨਾਲ ਦੀ ਨਾਲ ਟ੍ਰੈਕਟਰ ਲੈ ਕੇ ਕੈਨੇਡਾ ਨੂੰ ਵਗਦੀ ਚੱਲੀ ਦੇਵਾ ਬਾਬਾ ਗੱਲ ਸੁਣ ਲੈ ਕੁੜੀਏ ਸਾਰਾ ਕਰਤਾ ਮੈਂ ਬਹਿ ਜਾ ਮੱਥਾ ਟੇਕ ਕੇ ਗੱਦੀ ਤੇ ਗੱਲ ਸੁਣ ਲੈ ਜਿੱਦੇ ਵੀਜ਼ਾ ਆ ਗਿਆ ਉਦੇ ਜਿਹੜਾ ਜਿਹੜਾ ਸਮਾਨ ਕਿਹਾ ਚੜਾ ਦੀ ਜਾਂ ਟੇਕ ਲਾ ਮੱਥਾ ਹੋ ਜੀ ਤੇਰਾ ਭਲਾ ਢਿੱਡ ਨੂੰ ਮੱਥਾ ਟੇਕ ਢਿੱਡ ਨੂੰ ਮੱਥਾ ਟੇਕ ਜੈ ਬਾਬਾ ਢਿੱਡ ਦਾਸ ਦੀ ਹੋਰ ਕਿਹੜਾ ਵਿੱਚ ਬੈਠਾ ਬਈ ਭੁੱਖ ਬਹੁਤ ਲੱਗਦੀ ਆ ਬਠਿੰਡਾ ਫਰੀਦਕੋਟ ਅੰਮ੍ਰਿਤਸਰ ਜਲੰਧਰ ਖੀਰ ਹੋਵੇ ਪ੍ਰਸਾਦ ਹੋਵੇ ਸਰਦਾ ਨਹੀਂ ਕਿਹੜਾ ਉੱਠ ਕੇ ਖੜਾ ਹੋ ਜਾ ਪੁੱਛ ਕਢਾਉਣ ਆਇਆ ਕੰਨ ਪਾਇਆ ਜਾਨੀ ਜਾਣਾ ਬਾਬਾ ਜੀ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਪਿੱਥੋ ਆ ਜੀ ਪਿੱਥੋ ਪਿੰਡ ਆ ਨਿਉਂਕੇ ਚੱਕ ਪੱਠਿਆ ਗੇਂਦ ਘੁੰਗਰੂਆਂ ਵਾਲੀ ਤੇਰੇ ਪਿੰਡ ਦਾ ਬੰਦਾ ਹੀ ਆ ਜਿਹੜਾ ਢਿੱਲੋ ਨੇ ਗੀਤ ਲਿਖਿਆ ਠੀਕ ਹੈ ਅੱਛਾ ਕਿਵੇਂ ਆਉਣੇ ਹੋਏ ਬਾਬਾ ਜੀ ਸਿੰਗਰ ਬਣਨਾ ਸਿੰਗਰ ਬਣਨਾ ਮੇਰੀ ਗੱਲ ਸਰ ਕੋਈ ਹੋਰ ਖੇਤ ਚੌਣ ਲੈ ਤੁਹਾਨੂੰ ਵਾਲਿਆਂ ਨੂੰ ਇਹ ਲੱਗਦਾ ਵੀ ਹੁਣ ਸਿੱਧੂ ਹੈ ਹੀ ਨਹੀਂ ਹੈ ਸਿੰਗਰ ਬਣ ਕੇ ਚੱਲ ਜੂ
ਉਹ ਤਾਂ ਮਰਿਆ ਵਾ ਨਹੀਂ ਚੱਲਣ ਦਿੰਦਾ, ਕੰਮ ਕੋਈ ਹੋਰ ਹੋਰ ਕਰ ਲਾ। ਤੁਹਾਡੇ ਬਾਹਲੇ ਕਲਾਕਾਰਾਂ ਦੇ ਦਿਲ 'ਚ ਇਹ ਹੈ ਵੀ ਹੁਣ ਉਹ ਹੈ ਨਹੀਂ, ਹੁਣ ਅਸੀਂ ਚੱਲੀ ਜਾਵਾਂਗੇ, ਉਹ ਚੱਲਣ ਨਹੀਂ ਦਿੰਦਾ ਤੁਹਾਨੂੰ। ਗੱਲ ਸੁਣ ਲਾ, ਮੈਂ ਤੈਨੂੰ ਦੱਸਤਾ ਵੀ ਸ਼ਿੰਗਰ ਦਾ ਹੁਣ ਕੋਈ ਫਾਇਦਾ ਨਹੀਂ, ਤੁਸੀਂ ਬਹੁਤ ਭੁਲੇਖੇ 'ਚ ਫਾਇਦਾ, ਕਿ ਸਿੱਧੂ ਹੈ ਨਹੀਂ ਤਾਂ ਅਸੀਂ ਚੱਲ ਜਾਵਾਂਗੇ, ਇਹ ਕੰਮ ਨਹੀਂ, ਕੋਈ ਹੋਰ ਪੁੱਛ ਲਿਆ, ਹੋਰ ਤੇ ਰਕਮ ਸਿਰੇ ਲਾ ਦੇ। ਫਿਰ ਬਾਹਰ ਹੀ ਭੇਜ ਦਿਓ। ਅੱਛਾ, ਬਾਹਰ ਭੇਜ ਦਈਏ? ਹਾਂਜੀ। ਕਿਹੜੇ ਮੁਲਕ ਜਾਣਾ ਚਾਹ ਰਿਹਾ? ਜਿਹੜਾ ਮਰਜ਼ੀ ਭੇਜ ਦਿਓ, ਭਾਵੇਂ ਜਹਾਜ਼ ਨਾਲ ਫੁੱਟ ਮਾਰ ਕੇ ਕੇ ਮੋੜ। ਆਏ ਤਾਂ ਨਹੀਂ ਤੂੰ ਡਲਦਾਸ ਕੋਲੇ ਆਇਆ, ਤੈਨੂੰ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਥੱਲੇ ਤੈਨੂੰ ਮੈਂ ਭੇਜਦਾ। ਅੱਛਾ, ਅਮਰੀਕਾ ਕਿਹੜਾ? ਖੜਾ ਰਿਹਾ ਫਿਰ, ਚੱਲੀ ਕਰਾ ਬਾਬਾ ਦੇ ਮੈਂ ਛੇੜੀ ਕਰਾ। ਪਹਿਲਾਂ ਪਹਿਲਾਂ ਖੜਾ ਰਿਹਾ, ਖੜਾ ਖੜਾ ਮੈਂ ਲਿਆਉਣ ਦੇ। ਅੱਛਾ, ਬਾਹਰ ਲਾ ਤੇਰਾ ਕੈਨੇਡਾ ਦਾ ਬਣਦਾ, ਬਣਾ ਦੋ ਬਾਬਾ ਜੀ, ਕੈਨੇਡਾ ਦਾ ਬਣਾ ਦਈਏ, ਬਣਾ ਦੋ ਜੀ। ਅੱਛਾ ਹੁਣ ਤੂੰ ਓਏ ਹੈਗਾ 40-42 ਸਿਆਲ ਦਾ? ਹਾਂਜੀ। ਲਾਠੀ ਭਾਲ ਦਿਆ ਕੋਈ? ਲੜਕੀ ਨੂੰ ਤੁਸੀਂ ਸਿੱਧੇ ਚੜਾ ਦਿਓ। ਓ ਸਿੱਧਾ ਤਾਂ ਗੱਲ ਸਰ, ਕੋਈ ਕਾਰਵਾਈ ਹੁੰਦੀ ਹੈ, ਕੋਈ ਪੇਪਰ ਹੁੰਦੇ ਆ, ਆ ਦੇਖ ਲੈ, ਉਹ ਬੈਠਾ, ਉਹਦੀ ਦੋ ਵਾਰੀ ਰਿਫਿਊਜ਼ਲ ਹੋਈ ਸੀ, ਮੇਰੇ ਕੋਲ ਆ ਗਿਆ ਪਟਿਆਲੇ ਤੋਂ, ਆਇਆ ਕਹਿੰਦਾ ਢਿੱਡਲਦਾਸ ਦੀ ਚਰਚਾ ਸੁਣੀ ਹੈ, ਮੇਰੀ ਆਲ ਵਰਲਡ 'ਚ ਚਰਚਾ ਹੈ, ਮੈਂ ਕੋਈ ਫੁੱਦੂ ਬਾਬਾ ਨਹੀਂ। ਬਾਬਾ ਲੜਕੀਆਂ ਲੁੜ ਕੇ ਉੱਧਰ ਛੱਡ ਜਾਣੀਆਂ, ਕੀ ਫਾਇਦਾ ਉਹਦਾ? ਓਏ ਕੋਈ ਨਹੀਂ ਛੱਡਦੀਆਂ, ਕੋਈ ਨਹੀਂ ਛੱਡਦੀਆਂ, ਉਹਦਾ ਚਗਲਾ ਹੁੰਦੀਆਂ ਜਿਹੜੀਆਂ ਛੱਡਦੀਆਂ, ਜਿਹੜੀਆਂ ਘਰਾਣੇ ਦੀਆਂ ਹੁਣ ਉਹ ਨਹੀਂ ਛੱਡਦੀਆਂ, ਠੀਕ ਹੈ ਨਾ? ਤੇਰਾ ਪਿੱਥੋਂ ਪਿੰਡ ਆ, ਇੱਕ ਇੱਧਰ ਬਠਿੰਡੇ ਵੀ ਮੇਰੇ ਸਾਲੇ ਦੀ ਪਹਿਲਾਂ ਕਰਦਿਆਂ ਤੋਂ ਪੈਸੇ ਲਵਾ ਗਈ, ਮੁੜ ਕੇ ਜਦੋਂ ਉੱਥੋਂ ਬਣਾ ਕੇ ਹੋਰ ਆਸ਼ਕ ਪੱਟ ਕੇ ਕਹਿੰਦੀ ਹੁਣ ਮੈਥੋਂ ਲੈ ਲਓ, ਉਹ ਚਗਲਾਂ ਹੁੰਦੀਆਂ, ਛੱਡ ਇਹਨਾਂ ਨੂੰ ਗੱਲਾਂ ਨੂੰ। ਕੈਨੇਡਾ ਹੈ, ਪਹਿਲਾਂ ਫੋਟੋ ਹੀ ਖਿਚਾਉਣੀ ਆ, ਫੋਟੋ ਹੀ ਖਿਚਾਉਣੀ ਆ, ਫਿਰ ਤੇਰਾ ਕੈਨੇਡਾ ਦਾ ਜੋਗ ਬਣਾ ਦਿੰਦੇ ਆ, ਰੁਪਈਆ 31,000, ਦੋ ਮੁਰਗੇ, ਇੱਕ ਮਿੰਟ ਖੜੀ, ਕੋਈ ਹੋਰ ਤਾਂ ਨਹੀਂ ਮੰਗ, ਕੋਈ ਹੋਰ ਲੈਣਾ ਨਿਕਲ ਸੁੱਕੜ। ਬਾਬਾ ਜੀ ਜਗਰਾਤੇ ਬਾਰੇ ਵੀ ਕਹਿ ਦਿਓ। ਹਾਂ, ਅੱਛਾ ਗੱਲ ਸੁਣ, ਜਗਰਾਤਾ ਕਰਾਉਣਾ ਪੈਣਾ ਤੈਨੂੰ ਇੱਥੇ, ਨਾ ਨਾ ਨਾ, ਇੱਥੇ ਜਗਰਾਤਾ ਕਰਾਵਾਂਗੇ, ਜੇ ਤਾਂ ਜਗਰਾਤਾ ਤੂੰ ਆਪ ਕਰਨਾ ਠੀਕ ਹੈ, ਨਹੀਂ 1.25 ਲੱਖ ਰੁਪਈਆ ਖਰਚ ਆਊ, ਜਗਰਾਤਾ ਇੱਥੇ ਕਰਾਂਗੇ ਤੇਰੇ ਨਾਂ ਦਾ, ਵੀਜ਼ਾ ਤੇਰਾ ਆਜੂ, ਮਨਜ਼ੂਰ ਆ? 1.5 ਲੱਖ ਦਿਓ ਬਾਬਾ ਮੈਨੂੰ ਜਾ ਕੇ। ਠੀਕ ਆ, ਚੱਲੀ ਕਰਾ ਦੇ ਬਾਬੇ, ਚੱਲੀ ਕਰਾ, 5 ਮਿੰਟ ਰਿਪੋਰਟ ਦੇ ਦਿੰਦਾ ਤੇਰਾ ਵੀਜ਼ਾ ਕਰੋ। ਬਸ ਜਗਰਾਤਾ ਤੈਨੂੰ ਮਨਜ਼ੂਰ ਹੋ ਗਿਆ, ਉੱਤੇ ਦਰਗਾਹ 'ਚ ਵੀ ਤੇਰਾ ਜਗਰਾਤਾ ਮਨਜ਼ੂਰ ਹੋ ਗਿਆ, ਚੁੱਪ ਕਰਕੇ ਪਾਸਪੋਰਟ ਲੈ ਜਾਣਾ, ਅੰਬੈਸੀ ਦੇ ਵਿੱਚ ਜਮ੍ਹਾਂ ਕਰਾ ਦੇਣਾ, 2 ਮਹੀਨੇ ਬਾਅਦ ਤੇਰਾ ਵੀਜ਼ਾ ਜੀ। ਪੱਕਾ ਬਾਬਾ ਜੀ? ਪੱਕਾ ਬਾਬਾ, ਜਿੱਦੇ ਤੇਰਾ ਵੀਜ਼ਾ ਆ ਗਿਆ ਜਗਰਾਤਾ ਕਰਾ ਦੀ। ਧੰਨਵਾਦ ਬਾਬਾ ਜੀ, ਬਹਿ ਜਾ, ਜਾ ਕੇ ਬਹਿ ਜਾ, ਜਾ ਕੇ ਚੱਲੀ ਕਰਾ ਦੇ ਬਾਬੇ, ਸਰ ਜੀ ਬੜਾ ਇੱਕ ਮਿੰਟ, ਓਏ ਤੂੰ ਕਿਵੇਂ ਆ, ਖੜਾ ਹੋ, ਖੜਾ ਹੋ, ਖੜਾ ਹੋ, ਤੈਨੂੰ ਕੀ ਕਹਿੰਦਾ, ਮਾਂ ਪਿਓ ਤਾਂ ਨਹੀਂ ਦਰਦ ਰੂ ਪੀਂਦਾ?
ਭਾਪਾ ਕੀ ਕੰਮ ਕਰਦਾ? ਸੱਤ ਬੋਲੀ ਲੇਬਰ ਕਰਦਾ। ਅੱਛਾ ਗੱਲ ਸੁਣ, ਸਕੂਲ ਤਾਂ ਮੇਰੇ ਸਾਲਾ ਤੂੰ ਜਾਂਦਾ ਨਹੀਂ, ਠੀਕ ਹੈ ਨਾ? ਪਾਸ ਹੋਵੇਗਾ ਤੂੰ ਚੱਠੂ, ਕਿੱਥੇ ਜਾਣਾ? ਤਲੌਲੇ ਬਾਸ ਚੜ੍ਹ ਕੇ ਵਗ ਜਾਣਾ। ਹਾਂਜੀ ਬਾਬਾ ਜੀ। ਅਤੇ ਪਾਸ ਕਿਵੇਂ ਹੋਵੇਗਾ ਪੁੱਤ? ਗੱਲ ਸੁਣ, ਮੇਰੀ ਗੱਲ ਸੁਣ, ਇੱਕ ਮਿੰਟ ਗੱਲ ਸੁਣ ਲੈ। ਸਕੂਲ ਜਾਣਾ ਜ਼ਰੂਰੀ ਹੈ, ਸਕੂਲ ਜਾ ਕਰ ਪੜ੍ਹਾਈ 'ਚ ਧਿਆਨ ਰੱਖਿਆ ਕਰ, ਠੀਕ ਹੈ? ਫਿਰਿਆ ਤੁਰਿਆ ਨਾ ਕਰ, ਕਦੇ ਤੂੰ ਕਿਸੇ ਦੇ ਘਰੇ, ਕਦੇ ਤੂੰ ਕਿਸੇ ਦੇ ਘਰੇ। ਪੜ੍ਹ ਮੇਰਾ ਪੁੱਤ, ਫੌਜੀ ਬਣਨਾ ਚਾਹੁੰਦਾ ਵੱਡਾ ਹੋ ਕੇ? ਕਿਉਂ ਬਾਬੇ? ਕੋਈ ਫੁੱਦੂ ਬਾਬੇ ਨਹੀਂ, ਬਾਬੇ ਸਭ ਜਾਣੀ ਜਾਣ ਬਾਬੇ ਆ। ਮੈਂ ਜਾਇਦ ਕੀ ਪਾਸ ਹੋ ਜਾਏਗਾ ਜਾ, ਠੀਕ ਹੈ ਨਾ? ਗੱਲ ਸੁਣ, ਹੈਲੋ ਵੀਰਿਆ, ਇੱਕ ਮੁਰਗੇ ਦਾ ਇੰਤਜ਼ਾਮ ਕਰ ਸਕਦਾ? ਇੱਕ ਮੁਰਗੇ ਦੀ ਇੱਕ ਬੋਤਲ ਕੱਲ੍ਹ ਨੂੰ ਲੈ ਕੇ ਆ ਜੀ ਡੇਰੇ 'ਚ, ਪਾਸ ਤੈਨੂੰ ਮਾਸਟਰ ਨੂੰ ਕਹਿ ਕੇ ਕਰਾ, ਠੀਕ ਹੈ? ਪੜ੍ਹਨ ਦੀ ਬਹਿ ਜਾ, ਬਹਿ ਜਾ, ਚੱਲ ਕਰਾ ਦੇ ਬਾਬਾ, ਛੇੜ ਕੋਈ ਕਰਾ। ਸਾਰੀ ਸ਼ੰਗਤ ਨੂੰ ਬੇਨਤੀ ਹੈ ਬਾਬਾ ਢਿੱਡਲਦਾਸ ਜੀ ਨੇ ਵੀ ਚੁੱਪ ਕਰਕੇ ਸਾਰਿਆਂ ਨੇ ਲੰਗਰ ਵੀ ਸਕਣਾ, ਲੰਗਰ ਸਾਕ ਕੇ ਜਾਣਾ, ਠੀਕ ਹੈ ਨਾ? ਆਪਾਂ ਨੌ ਜਗ੍ਹਾ ਬਣਾਈਆਂ ਇੱਥੇ, ਆਪਾਂ ਮੰਗਦੇ ਕੁਛ ਨਹੀਂ, ਨੌ ਜਗ੍ਹਾ 'ਤੇ ਤੁਸੀਂ ਮੱਥਾ ਟੇਕਣਾ, ਜ਼ਰੂਰੀ ਆ ਮੱਥਾ ਟੇਕਣਾ। ਜੇ ਤੁਸੀਂ ਆਪਣਾ ਖੜਾ ਹੋਣਾ ਵੀ, ਖੜਾ ਹੋਣਾ, ਕਿਹੜਾ ਆਪਣਾ ਹੈਗਾ ਲੈ ਸਤਸੰਗ? ਯੂਪੀ 'ਚੋਂ? ਯੂਪੀ, ਯੂਪੀ। ਕਿਹੜਾ ਜ਼ਿਲ੍ਹਾ ਹੈਗਾ? ਬਾਂਦਾ। ਬਾਂਦਾ, ਬਾਂਦਾ ਜ਼ਿਲ੍ਹਾ ਯੂਪੀ। ਕਹੋ ਹਮ ਤੁਹਾਰ ਦੇਸ਼ ਮੈਂ ਬਹੁਤ ਗਾਇਲ ਹਾਂ, ਹਮ ਜੋ ਹੈ ਨਾ ਬਾਂਦਾ ਜੋ ਹੈ ਪੂਰਨੀਆ ਰਹੇ ਨਾ ਬਿਹਾਰ ਮੈਂ, ਔਰ ਜੋ ਹੈ ਅਥੀ ਕਿਆ ਕਹੋ ਗੋਪਾਲਗੰਜ, ਪਿਪਲਾ ਕੋਠੀ, ਆਰਾ ਬਕਸਰ, ਦਹੀ ਚੂੜਾ, ਪਟਨਾ, ਹਮ ਪੂਰਾ ਖੂਬ ਹੈ, ਉਧਰ ਮੈਂ ਖੂਬ ਹੈ। ਤਾਂ ਪੰਜਾਬ ਮੈਂ ਸੈੱਟ ਹੋ? ਪੰਜਾਬ ਮੈਂ ਸੈੱਟ ਹੈ। ਸਾਰਾ ਫੈਮਿਲੀ ਬੱਚਾ ਇੱਧਰ ਆ ਗਿਆ ਹੈ? ਨਹੀਂ ਨਹੀਂ। ਲਾਣਾ ਚਾਹਤੇ ਹੋ ਸਾਰੇ ਪਰਿਵਾਰ ਕੋ? ਲਾਣਾ ਚਾਹਤੇ ਹੈ। ਇੱਕ ਬਾਤ ਹੈ, ਪੰਜਾਬ ਕੇ ਜੋ ਹੈ ਸਰਦਾਰ ਲੋਕ, ਇਹ ਤਾਂ ਕਨੇਡਾ ਭਾਗ ਰਹਾ ਹੈ। ਚੁੱਪ ਕਰਕੇ ਸਾਰੀ ਫੈਮਿਲੀ ਲੈ ਕੇ ਜਹਾਂ ਆ ਜਾਓ, ਸੈੱਟ ਹੋ ਜਾਏਗਾ, ਭਲਾ ਹੋ ਜਾਏਗਾ, ਬੈਠ ਜਾਓ। ਕਮਾਲ ਦੀ ਗੱਲ ਹੋ ਗਈ ਢਿੱਡਲਨਾਥ, ਇਹ ਤਾਂ ਤੇਰੇ ਕੋਲ ਬਿਹਾਰ ਦੇ ਯੂਪੀ ਦੇ ਭਈਏ ਆਉਣ ਲੱਗ ਗਏ ਪੁੱਛਾਂ ਲੈਣ। ਹੁਣ ਉਹ ਦਿਨ ਦੂਰ ਨਹੀਂ ਜਦੋਂ ਮੈਂ ਵੀ ਗੱਡੀਆਂ 'ਤੇ ਚੜ੍ਹਿਆ ਕਰੂੰ, ਮੇਰੇ ਸਾਲੇ ਦੀਆਂ ਫੋਰਚੂਨਰਾਂ, ਅੰਡਾਈਵਰ ਫੋੜਾ, ਕਿਹੜੀ ਗੱਡੀ ਨਹੀਂ ਹੋਣੀ ਜਦੋਂ ਆਫਟਰਆਲ ਯੂਪੀ ਬਿਹਾਰ 'ਚ ਆਉਣ ਲੱਗ ਗਏ। ਹੁਣ ਇਹਨਾਂ ਦਾ ਸੌਂਗ ਠੋਕ, ਇਹਨਾਂ ਦਾ ਸੌਂਗ ਦੇਵੇ, ਆਰਾ ਹੀਲੇ ਪਟਨਾ, ਹੀਲੇ ਹੀਲੇ ਤੋਰਾ ਪਟਵਾ, ਚਲੋ ਆਰਾ ਹੀਲੇ ਪਟਨਾ, ਹੀਲੇ ਆਰਾ ਹੀਲੇ ਪਟਨਾ, ਹੀਲੇ ਹਾਲੇ ਤੋਰਾ ਪੈਟਵਾ, ਆਰਾ ਹੀਲੇ ਪਟਨਾ, ਹੀਲੇ ਹੀਲੇ ਤੋਰਾ ਪੈਟਵਾ, ਅਰੇ ਆਰਾ ਹੀਲੇ ਪਟਨਾ, ਹੀਲੇ ਹੀਲੇ ਤੋਰਾ ਪੈਟਵਾ, ਅਰੇ ਆਰਾ ਹੀਲੇ ਪਟਨਾ, ਹੀਲੇ ਹੀਲੇ ਤੋਰਾ ਪੈਟਵਾ, ਅਰੇ ਹੀਲੇ ਪਟਨਾ, ਹੀਲੇ ਹੀਲੇ ਤੋਰਾ, ਹੀਲੇ ਅਡਲਾ ਜਾ ਹੋਲਾ ਫੋਰੇ ਖਵਾਨਾ ਪੈਟਵਾ, ਅਰਾ ਹੀਲੇ ਗੋਪਾਲਗੰਜ ਪਟਨਾ, ਹਿਲ ਹਿਲ ਤੋਹਰ ਪੇਟ ਮਾ। ਸਾਰੀ ਸੰਗਤ ਸੈਟਿਸਫਾਈਡ ਹੈ? ਕਿਸੇ ਨੇ ਕੋਈ ਸੱਟਾ ਲੈਣਾ ਹੈ? ਅੱਜ ਆ ਰਿਹਾ ਬਾਬੇ ਨੇ ਦੋ ਕਬੂਤਰ ਡਾਤੇ, ਇੱਕ ਬਹਿ ਗਿਆ, ਇੱਕ ਉੱਡ ਗਿਆ, ਸੱਟਾ ਆਪ ਬਣਾ ਲਿਓ। ਐਸਾ ਵੀ ਦੇਵੇ ਬਾਪੂ ਢਿੱਡਲਦਾਸ ਕੀ ਸਾਧ ਸੰਗ ਜੀ। ਬਾਬਾ ਢਿੱਡਲ ਨਿਆਤ ਕੋਈ ਫੁੱਦੂ ਬਾਬਾ ਨਹੀਂ, ਠੀਕ ਹੈ? ਆਫਟਰਆਲ ਅਸੀਂ ਬੰਗਾਲੀ ਜਾਣਦੇ ਹਾਂ, ਤੁਮਾ ਖਾ ਬਾਰੀ ਕਿੱਥੋਂ ਸਾ, ਅਮੀ ਏਟਾ ਤੋਂ ਬੋਕਾ ਚੋਦਨ ਕਾਈ ਗੋਂਡੋ ਗੋਲ ਕਰ ਦੇਈ ਤੋ, ਅਸਾਮੀ ਜਾਣਤਾ ਹੈ ਤੁਮਾ ਕਾ ਬਾਰੀ ਕਾਥੋ ਸੈ, ਬਿਹਾਰੀ ਤੋਂ ਹਮਾਰਾ ਪੇਟ ਮੈਂ ਰਚ ਰਹੇ ਨਾ, ਹਮਾਰਾ ਦਿਮਾਗ ਮੈਂ ਰਚ ਲਾ ਹੈ, ਹਮਾਰ ਜੋ ਕਨੀਆ ਠਹਿਰਾ, ਕਨੀਆ ਮਤਲਬ ਹਮਾਰੇ ਘਰ ਵਾਲੀ, ਹਮਾਰ ਕਨੀਆ ਹੈ ਵੋ ਪੂਰਨੀਆ ਸੇ ਹੈ, ਹਮ ਗੁਲਾਬੀ ਬਾਗ ਠਹਿਰੇ ਪੂਰਨੀਆ ਮੈਂ ਰੰਡੀ ਪਾੜਾ ਬੋਲੇ ਰਹਾ, ਵਹਾਂ ਸੇ ਨਿਕਾਲ ਕੇ ਲੈ ਕੇ ਆਏ ਥੇ ਹਮਾਰ ਕਨੀਆ ਕੋ, ਆਜ ਉਸਕਾ ਆਠ ਬੱਚਾ ਹੈ, ਚਾਰਠੂ ਬਹਿਨ ਕਾ ਲਖੜਾ ਪੰਜਾਬੀ ਬੋਲਤਾ ਹੈ, ਚਾਰਠੂ ਬਹਿਨ ਕਾ ਲਖੜਾ ਹਿੰਦੀ ਬੋਲਵਾ, ਠੀਕ ਹੈ?
हेलो खावा संग पे खावा खावा संग पे खावा एंजॉय करो सारे ने बेड़े ला दू पार सारे ने बेड़े कर दू पार सारे ने तेरा बेड़ा भाई आहा किधर रंग मंगल इना लाया हुआ हा हाँ पूटो हाँ तेरा बेड़ा भाई तेरा तू तो चंगी जीन सीन चाली फिर नहीं इतने राजू बैठा मेरा साले चार बचाले जाने तेरा बेड़ा वे तेरा वे मैं सारे ने मैं यकीन नहीं मन मैं जाके उ लोगों ने भी तेरे बारे गल दसी कम चलाई खड़ा हो तेरी भूट तेरी बेड़ी बहे तेरी नी तेरी तू रल मिल क्या कम चलाया की कपड़े पाए रहा सादा वाले होता चाचा वाला लोट है तेनू तो पता नहीं है मेरा साला फुद्दू मेरा लोट आ की फुद्दू मेरा लोट है गल सुन हुण तू खेती करदे आपां 26 किल्लियां दी खेती करदे आ सप्प सलूटियां दे सिर पैर मैदे आ ठीक है ना बुरा हाल जदों फसल पकदी आ गड़े पै जांदे आ साल तेन मैं 2.5 लाख महीने दे दूं नाल इन्ने पैसे बना रहे लोगों फुद्दू बना लोग फुद्दू बन रहे किस्म लोग बाहर जाने पिछे भी साडी फैल लगी है वीजा नहीं आ रहा बहुत पहुंचे हुए इन्ने पहुंचे हुए तेरा बेड़ा भाई तेरा वो तेन शर्म आनी चाहिए चौर वो भोले भाले लोगों बेवकूफ बनाई आ देवा इधर तक कोई गीत नहीं चलिया आ मत्था मारदा एक गायक मानू फटा सी करानियां चलियां नहीं चलिए ने इत्थे लोग यारे लेंदे इत्थे नहीं यारे लेंदे रुपए 10,000 देना रोज दा नु अपने बाबे नु ए के बोली जंदे है मेरा सारा बाबा किथे है ओए ए बाबा किथे मेरा हाले बेवकूफड़ियां ने साडा बाबा जी कौन है थोर बोली जंदा ओए गाते सुन लो ए जेड़ा साडा बड़ा गुरु है ए मेरे सारे मूर्ख लोको कानू गुरियां चुप करके बजा मां गल देख दे जो भांडा खेलने लग जाने चुप करके बजा ओदे ओदे जंट जेरे करते अज मेनू रगदे चाचा ए ओ चुप करके बजा ओ थोनू पता है कौन है थोनू पता नहीं कौन है चुप करके बह तेरे मुंह ते मारू यह साडे पिंड दा कैला आ साडी भूटो है तेरी साली है भूटो चुप करके बह ओए तां साडे पिंड दा इहदा हलवा बना के मैं ते कट्ठे दा काम कर देना 30 साल हो गए मेरे नाल काम करदे बाबा ये तां बीजा लवा बाबे ने कढ़ाया बीजा लवा मैं बना रहा मैं तपस्या कर ओए मैं सारा को पट दूं तेरा जगाड़ मैं कह के चलन मेरा गल सुन दस रन कौन है एक गल है भाई संग ते मैं तुम दस दे ए मेरा चाचा जी सेवा है असि बात करते लेके दस भी कुटना ऐ करो ना उरे लो मेरे को फट के उरे आले पुट इथे थल्ले बैठा थल्ले बैठा थल्ले बैठा नु थल्ले ओ दरी बिठाला दरी बिठाला दरी बिठाला मेरी गल सुन एक मिनट तू इधर हो जा हवा आउन दे इधर हो जा गा सुन नी पुट गा सुनो मेरी कह ले तू लोकां नु ठकिया मार मार इथे पैसा बनाई जाना है बेवकूफ बना बना पैसा बना कितना पैसा बना रहे की करेंगे पैसे 6-7 करोड़ बना गया ओए 6-7 करोड़ बना गया दसा तेरा तू लेके इन उंगल लाके
ਫਟਣੀਆਂ ਦੀ ਫੇਟ ਨਹੀਂ ਤੂੰ ਮੇਰੀ ਗੱਲ ਸੁਣ ਠੇਕਾ ਲਿਆ ਹਰੇਕ ਦੇ ਕੰਮ 'ਚ ਟੰਗ ਡਾਉਣਾ ਪਹਿਲਾਂ ਜੰਟ ਜੇ ਰਗੜਦੇ ਹੁਣ ਸਾਧ ਰਗੜਨ ਦੇ ਦਰਦ ਕਿਰਤ ਕਮਾਈ ਕਰਕੇ ਆਪਦੀ ਖਾ ਲਓ ਯਾਰ ਦਸਾਂ ਨਾ ਹੋਦੀ ਕਮਾਈ ਕਰਕੇ ਖਾ ਲਾ ਓ ਨਹੀਂ ਕੁਛ ਨਹੀਂ ਬਚਦਾ ਕਿਰਤ ਕਮਾਈ 'ਚ ਕੁਛ ਨਹੀਂ ਬਚਦਾ ਇੰਨੇ ਪੈਸੇ ਅੱਜ ਦਾ ਵੀਜ਼ਾ ਲਵਾਉਣ ਆਈ ਸੀ ਨਾ ਵੀਜ਼ਾ ਲਾ ਦੇ ਆ ਵੀਜ਼ਾ ਲਵਾਉਣ ਕਾਹਨੂੰ ਆਈ ਸੀਗੀ ਤਾਂ ਸਿਖਾਈ ਹੋਈ ਐਣੇ ਸਿਖਾ ਕੇ ਤੈਨੂੰ ਮੂਹਰੇ ਬਿਠਾਈ ਹੋਇਆ ਪਰ ਇੱਕ ਗੱਲ ਇਹਦੇ ਸਵਾਲ ਹੀ ਆ ਇਹ ਸਾਡੇ ਪਿੰਡ ਦਾ ਮੇਰੀ ਗੱਲ ਸੁਣ ਲੈ ਮੈਂ ਸਾਰਿਆਂ ਨੂੰ ਕਹਿਣਾ ਨਾਲੇ ਆਹ ਗੱਲ ਜਿਹੜੀ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਕਹਿਣਾ ਆਹ ਜਿਹੜੇ ਤੁਰੇ ਫਿਰਦੇ ਬਾਬਿਆਂ ਕੋਲੇ ਚੌਂਕੇ ਚੁੰਕੇ ਲਵਾਉਂਦੇ ਤੁਰੇ ਫਿਰਦੇ ਬਾਬਿਆਂ ਬੂਬਿਆਂ ਕੋਲੇ ਕੁਛ ਨਹੀਂ ਹੈਗਾ ਅੱਜ ਤਾਂ ਤੁਹਾਨੂੰ ਵੀਡੀਓ ਬਣਾ ਕੇ ਸਮਝਾਉਣੇ ਹੁੰਦੇ ਆ ਵੀ ਆਹ ਭਾਈ ਬਾਬੇ ਬੂਬੇ ਸਾਰਾ ਸਹੀ ਵੀਡੀਓ ਨੇ ਸੱਚੀਆਂ ਵੀਡੀਓ ਨੇ ਮਿਲੇ ਹੋਏ ਹੁੰਦੇ ਨੇ ਆਪਦੇ ਬੰਦੇ ਪੱਟੇ ਹੁੰਦੇ ਨੇ ਐਵੇਂ ਵਹਿਮਾਂ ਭਰਮਾਂ 'ਚ ਲਾ ਕੇ ਕਿਤੇ ਚੌਂਕੇ ਲਵਾਉਂਦੇ ਤੁਰੇ ਫਿਰਦੇ ਹੋ ਕਿਤੇ ਕਿਸੇ ਕੋਲੇ ਤੁਰੇ ਫਿਰਦੇ ਹੋ ਕਿਸੇ ਕੋਲੇ ਕੱਖ ਨਹੀਂ ਹੈਗਾ ਸਿੱਧਾ ਸਿੱਧਾ ਆਪਦੇ ਕੋਈ ਗੁਰੂ ਘਰ ਜਾਓ ਕਿਤੇ ਮੰਦਰ ਮੱਥਾ ਟੇਕੋ ਕੋਈ ਆਪਦੇ ਸਿੱਧਾ ਸਿੱਧਾ ਪਰਮਾਤਮਾ ਨੂੰ ਮੰਨੋ ਇਹਨਾਂ ਕੋਲੇ ਕੀ ਹੈ ਬਿਲਕੁਲ ਬਿਲਕੁਲ ਸੰਗਤੇ ਜਿਵੇਂ ਮੇਰੇ ਚਾਚਾ ਜੀ ਨੇ ਕਿਹਾ ਹਾਂ ਕਿਸੇ ਕੋਲੇ ਕੁਛ ਨਹੀਂ ਹੈਗਾ ਪਰ ਮੇਰੇ ਕੋਲੇ ਸ਼ਕਤੀ ਹੈਗੀ ਆ